ਕਿ ਅਸੀਂ ਜਿਹੜੀਆਂ ਲਗਾਤਾਰ ਤਸਵੀਰਾਂ ਦਿਖਾ ਰਹੇ ਸੀ, ਮੁਆਵਜ਼ੇ ਦੀ ਗੱਲ ਹੈ ਜਿਹੜੀ ਉਹੀ ਹੈਗੀ ਆ ਕਿ 2 ਲੱਖ ਰੁਪਏ ਦਾ ਜਿਹੜਾ ਦਿੱਤਾ ਹੋਇਆ ਹਰ ਇੱਕ ਨੂੰ, ਪਰ ਹੁਣ ਗੱਲ ਹੈ ਜਿਹੜੀ ਬਿਲਕੁਲ ਸਾਹਮਣੇ ਆਵੇਗੀ ਕਿ ਕਿੰਨਾ ਦਾ ਮੁਆਵਜ਼ਾ ਜਿਹੜਾ ਸਲਾਮ ਦੇ ਲੋਕਾਂ ਨੂੰ ਦਿੱਤਾ, 500 ਲੋਕ ਨੇ ਜਿਹੜੇ ਇੱਥੇ ਉਹਨਾਂ ਦੀ ਮੌਤ ਹੋ ਚੁੱਕੀ ਹੈ। ਤੁਸੀਂ ਇੱਕ ਮਿੰਟ ਭਾਅ ਜੀ ਮਾੜੀ ਸਾਈਡ ਦੇ ਦਿਓ, ਭਾਅ ਜੀ ਪਿੱਛੇ ਹਟ ਜਾਓ ਜੀ ਜੀ, ਇੱਕ ਮੈਂ ਮਾਈਕ ਰੱਖ ਕੇ ਮੈਂ ਸਰਕਾਰ ਤੇ ਜ਼ੋਰ ਲਾ ਰਿਹਾ ਕਿ ਘੱਟ ਤੋਂ ਘੱਟ ਉਹ 20 ਲੱਖ ਰੁਪਇਆ ਮੁਆਵਜ਼ਾ ਦੇਣ, ਜੇ ਕੋਈ ਪਰਿਵਾਰ ਦਾ ਜੀ ਕੋਈ ਨੌਕਰੀ ਦੇ ਲਾਇਕ ਹੈ, ਸੋ ਘੱਟ ਤੋਂ ਘੱਟ ਇੱਕ ਨੌਕਰੀ ਸਰਕਾਰ, ਅਸੀਂ ਘੱਟੋ ਘੱਟ ਮੰਗ ਕਰਦੇ ਹਾਂ ਵੀ 50 ਲੱਖ ਤਾਂ ਮਿਲਣਾ ਚਾਹੀਦਾ, 50 ਲੱਖ ਵੀ ਕਹਿ ਦਿੰਦੇ ਆਪਾਂ ਕੋਈ, ਕਿਉਂਕਿ ਜਦੋਂ ਕਿਸੇ ਦੂਸਰੇ ਵਰਗ ਦੀ ਗੱਲ ਹੁੰਦੀ ਹੈ ਜੀ, ਕਰੋੜ ਤੱਕ ਗੱਲ ਪਹੁੰਚ ਜਾਂਦੀ ਹੈ, ਇਹ ਅਸੀਂ ਗਰੀਬ ਹਾਂ ਸਾਡੇ ਲਈ ਪੈਮਾਨੇ ਬਦਲ ਜਾਂਦੇ ਨੇ, ਨਹੀਂ ਚਾਹੀਦਾ ਨਹੀਂ ਸਾਡੇ ਲਈ, ਕਾਨੂੰਨ ਅਲੱਗ ਹੋ ਜਾਂਦਾ ਜੀ, ਸੋ 50 ਲੱਖ ਘੱਟ ਤੋਂ ਘੱਟ ਲੱਗ, ਕਿਸਾਨ ਮੈਂ ਵੀ ਕਹਿੰਦਾ ਕਿ ਮੈਂ ਉਹੀ ਪ੍ਰੈਸ਼ਰ ਪਾਵਾਂਗੇ ਹੁਣ ਇਹਨਾਂ ਤੇ ਸਰਕਾਰ ਤੇ, ਕਿਉਂਕਿ ਅਸੀਂ ਜੋ ਵੀ ਕਰਨਾ ਪਏ ਪ੍ਰੈਸ਼ਰ ਪਾ ਕੇ ਜ਼ਰੂਰ, ਮੈਂ ਇਹਨਾਂ ਨੂੰ ਕਿਹਾ ਲਿਸਟ ਬਣਾ ਕੇ ਦੇ ਦਿਓ ਕਿਹੜੇ ਕਿਹੜੇ ਪਰਿਵਾਰ ਹੈ, ਕੀ ਨਾਂ ਹੈ, ਕਿੰਨੇ ਹੈਗੇ ਸਾਰੇ, ਅਤੇ ਪੂਰਾ ਜ਼ੋਰ ਲਾਵਾਂਗੇ ਜੀ ਇਹਨਾਂ 'ਤੇ, ਪ੍ਰੈਸ਼ਰ ਪਾਵਾਂਗੇ ਇਨਸਾਫ ਨੂੰ, ਕਿਉਂਕਿ ਹੁਣ ਇਨਸਾਨ ਵਾਪਸ ਤਾਂ ਆ ਨਹੀਂ ਸਕਦੇ, ਪਰ ਹੁਣ ਇਸ ਘੜੀ 'ਚ ਸਾਥ ਸਰਕਾਰ ਦੀ ਜ਼ਿੰਮੇਵਾਰੀ ਹੈ ਸਾਥ ਦੇਣਾ, ਦੇਖੋ ਇਹਦੇ 'ਚ ਚੋਣ ਜ਼ਾਬਤਾ ਦਾ ਕੋਈ ਸਬੂਤ ਨਹੀਂ ਹੁੰਦਾ, ਇਹੋ ਜਿਹੀ ਦੁੱਖ ਦੀ ਘੜੀ ਵਿੱਚ ਕੋਈ ਚੋਣ ਜ਼ਾਬਤਾ ਦਾ ਕੁਛ ਨਹੀਂ ਹੁੰਦਾ, ਉਹ ਤਾਂ ਪਰਮਿਸ਼ਨ ਮਿਲ ਜਾਂਦੀ ਹੈ, ਉਹਦਾ ਕੋਈ ਪ੍ਰੋਬਲਮ ਨਹੀਂ ਹੁੰਦੀ, ਆਹ ਤਾਂ ਕੋਈ ਹੁੰਦਾ ਭੋਗ ਲਈ ਕਿਹਾ ਵੀ ਭੋਗ ਲਈ ਜੇ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਅਸੀਂ ਉਹ ਕਰ ਸਕਦੇ ਹਾਂ, ਇੰਨੇ ਤਾਂ ਅਸੀਂ ਵੀ ਗਏ ਗੁਜ਼ਰੇ ਨੇ, ਸਾਡਾ ਆਪਣੇ ਪਿੰਡ ਦਾ ਸਾਥ ਆਈ ਅਸੀਂ ਕਰ ਸਕਦੇ ਹਾਂ, ਸਰ 2 ਕੇਸਾਂ ਵਿੱਚ ਮਟਰ ਨਹੀਂ ਹੋ ਸਕਿਆ ਸੀ, ਪੁਲਿਸ ਨੇ ਜਲਦੀ ਕੀਤੀ, ਕੁਛ ਇਹਨਾਂ ਨੂੰ ਨਹੀਂ ਪਤਾ ਸੀਗਾ, ਉਹਨਾਂ ਨੂੰ ਵੀ ਉਹਨਾਂ ਮਿਲਣਾ ਚਾਹੀਦਾ, ਹਾਂਜੀ ਪਰਿਵਾਰ ਨੇ ਯਾਨੀ ਕਿ ਪਹਿਲੀ ਮੌਤ ਹੋਈ ਹੈ ਜੀ, ਉਹਨਾਂ ਨੂੰ ਕੀ ਪਤਾ, ਮੈਂ ਉਹੀ ਕਹਿ ਰਿਹਾ, ਮੈਂ ਦੀਪਾ ਜੀ ਨੂੰ ਕਿਹਾ ਲਿਸਟ ਬਣਾ ਲਓ ਜਿਹਨਾਂ ਨਹੀਂ ਆ, ਮੈਂ ਉੱਥੇ ਅਫਸਰਾਂ ਨੂੰ ਕਿਹਾ ਕਿ ਡੀਸੀ ਨੂੰ ਕਿਹਾ ਕਿ ਮੈਂ ਕਹਿ ਦੂੰਗਾ, ਨਹੀਂ ਕੋਈ ਗੱਲ ਨਹੀਂ ਉਹ ਅਸੀਂ ਕਰਾਂਗੇ, ਤੁਹਾਡੀ ਲੜਾਈ ਪੱਕਾ, ਦੇਖੋ ਸਰ ਮਗਰ ਪੈ ਕੇ ਮੈਂ ਤੇ ਦੀਪਾ ਜੀ ਅਸੀਂ ਇਕੱਠੇ ਲੱਗ ਕੇ ਅਸੀਂ ਜਿਹੜੇ ਤੇ ਮੈਨੂੰ ਲਿਸਟ ਆ ਜੇ, ਮੈਂ ਡੀਸੀ ਕੋਲੇ ਚੀਫ ਸੈਕਟਰੀ ਕੋਲੇ ਜਿੱਥੇ ਵੀ ਸਾਰਾ ਸਾਰਾ ਸਰ ਜੀ ਇੱਕ ਗੱਲ ਕਰਦੇ ਜੀ, ਹੱਥ ਬੰਨ ਕੇ ਪੂਰੇ ਨਗਰ ਵੱਲੋਂ ਵੀ ਅਸੀਂ ਗਰੀਬ ਲੋਕ ਆ, ਰਾਜਨੀਤੀ ਤੋਂ ਬਹੁਤ ਦੂਰ ਆ, ਠੀਕ ਹੈ, ਸਾਨੂੰ ਇਸ ਗੱਲਾਂ ਦੀ ਸਮਝ ਨਹੀਂ ਹੈਗੀ, ਅਸੀਂ ਘੱਟੋ ਘੱਟ ਤੁਹਾਡੇ ਤੋਂ ਉਮੀਦ ਕਰਦੇ ਹਾਂ ਵੀ ਸਾਡੀ ਇਹਨਾਂ ਮੌਤਾਂ ਦੇ ਉੱਪਰ ਰੋਟੀ ਨਾ ਸਿੱਖੀ ਜਾਵੇ, ਰਾਜਨੀਤੀ ਦੀ ਸਾਨੂੰ ਇਨਸਾਫ਼ ਚਾਹੀਦਾ, ਇਨਸਾਫ਼ ਮਿਲਣਾ ਚਾਹੀਦਾ ਜੀ, ਜੋ ਯੋਗ ਨੇ ਜੀ ਨੌਕਰੀ ਦੀ ਡਿਮਾਂਡ ਆਈ, ਨੌਕਰੀ ਮਿਲਣੀ ਚਾਹੀਦੀ ਹੈ, ਜੋ ਬਣਦਾ ਮੁਆਵਜ਼ਾ ਉਹ ਦਿੱਤਾ ਜਾਣਾ ਚਾਹੀਦਾ ਜੀ, ਬੀਬੀ 4000 ਤੇ ਪਿਛਲੇ 10 ਸਾਲਾਂ ਤੋਂ ਸਿਵਲ ਹਸਪਤਾਲ ਚ ਕੰਮ ਕਰਦੀ, ਸਿਰਫ 4000 ਹੈ, ਪਹਿਲਾਂ ਘਰ ਵਾਲਾ ਹੈ ਨੀ ਸੀ, ਹੁਣ ਮੁੰਡਾ ਹੈ ਨੀ, ਨੌਂ ਰਹਿ ਗਈ ਤੇ ਆਪ ਰਹਿ ਗਈ, ਲੈ ਜੇ ਆ ਕੇ 4000